ਦੇ ਤਾਂ ਪਰ ਉਹੀ ਪਲੇਟਫਾਰਮ ਕਿਉਂਕਿ ਉਹ ਸਟੇਜ ਸੀ ਜਿੱਥੇ ਕਿ ਆਪਾਂ 5 ਵਜੇ ਤੱਕ ਸੌਂ ਚੁਕਾਈ ਉਹ ਕਿਉਂ ਚੁਣਿਆ ਉਹਨਾਂ ਨੇ ਪਲੇਟਫਾਰਮ ਮੈਂ ਉਹ ਜਿਹੜਾ ਪਲੇਟਫਾਰਮ ਕੋਈ ਚੁਣਿਆ ਨਹੀਂਗਾ ਕਿਉਂਕਿ ਉਹ ਕੁਦਰਤ ਕਰਾਉਂਦੀ ਹੈ ਜੋ ਕਰਾਉਂਦੀ ਹੈ ਕਿਉਂਕਿ ਜਦੋਂ ਮੈਂ ਡੀਸੀ ਸਾਹਿਬ ਨੂੰ ਉੱਥੇ ਪੁੱਛਿਆ ਮੈਂ ਕਿਹਾ ਡੀਸੀ ਸਾਹਿਬ ਮੈਨੂੰ ਅੱਜ ਦਾ ਪ੍ਰੋਗਰਾਮ ਦੱਸਿਆ ਜਾਵੇ ਤਾਂ ਡੀਸੀ ਸਾਹਿਬ ਨੇ ਮੈਨੂੰ ਇੱਕ ਜੋ ਲਿਸਟ ਵਿਖਾਈ ਉਹਦੇ ਵਿੱਚ ਸੀਗਾ ਕਿ ਡੀਸੀ ਸਾਹਿਬ ਜਿਹੜਾ ਕਿ ਉਹ ਵੈਲਕਮ ਕਰਨਗੇ ਉਸ ਤੋਂ ਬਾਅਦ ਸਤਿਕਾਰ ਕੌਰ ਗਹਿਰੀ ਬੋਲੇਗੀ ਉਸ ਤੋਂ ਬਾਅਦ ਵਿੱਚ ਮੈਂ ਬੋਲਾਂਗਾ ਔਰ ਉਸ ਤੋਂ ਬਾਅਦ ਪਰਮਿੰਦਰ ਸਿੰਘ ਪਿੰਕੀ ਤੇ ਮਨਪ੍ਰੀਤ ਸਿੰਘ ਸਾਡੇ ਖਜ਼ਾਨਾ ਮੰਤਰੀ ਉਹ ਬੋਲਣਗੇ ਪਰ ਉੱਥੇ ਹੋਇਆ ਥੋੜਾ ਜਿਹਾ ਉਲਟ ਕਿ ਇੱਕ ਪੁਲਿਸ ਦੇ ਦਬਾਅ ਹੇਠਾਂ ਕਿ ਉੱਥੋਂ ਦਾ ਜਿਹੜਾ ਆਈਜੀ ਮਕਵਿੰਦਰ ਸਿੰਘ ਛੀਨਾ ਬੋਲ ਰਿਹਾ ਔਰ ਮਕਵਿੰਦਰ ਸਿੰਘ ਛੀਨਾ ਉੱਥੇ ਇਹ ਗੱਲ ਕਹਿ ਰਿਹਾ ਲੋਕਾਂ ਨੂੰ ਕਹਿੰਦਾ ਜੇ ਤੁਸੀਂ ਕਸਮ ਕਹੋ ਕਿ ਅਸੀਂ ਪਿੰਡਾਂ 'ਚ ਨਸ਼ਾ ਖਤਮ ਕਰਾਂਗੇ ਤਾਂ ਮੇਰੇ ਮਨ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਕਿਉਂਕਿ ਮੈਨੂੰ 84,000 ਤਨਖਾਹ ਮਿਲਦੀ ਹੈ ਮੈਂ ਲੋਕਾਂ ਦਾ ਨੌਕਰ ਹਾਂ ਔਰ ਮੇਰੀ ਜੌਬ ਜੋ ਸੀ ਜੋ ਮੈਂ ਆਪਦਾ ਫੈਸਲਾ ਸੀ ਜੋ ਮੇਰੀ ਜ਼ਮੀਰ ਨੇ ਆਵਾਜ਼ ਦਿੱਤੀ ਮੇਰੀ ਜ਼ਮੀਰ ਨੇ ਕਿਹਾ ਕਿ ਉੱਠ ਅੱਜ ਤੇਰੀ ਲੋੜ ਆ ਔਰ ਉੱਠ ਕੇ ਮੈਂ ਇਹ ਗੱਲ ਕਹੀ ਕਿ ਇਹੋ ਜਿਹੜੇ ਚੋਰ ਆ ਜੇ ਕਹਿਣਗੇ ਸਾਨੂੰ ਸਾਧ ਬਣੋ ਇਹਨਾਂ ਲੋਕਾਂ ਨਾਲ ਮੈਂ ਸਟੇਜ ਸਾਂਝੀ ਨਹੀਂ ਕਰ ਸਕਦਾ ਇਹਨਾਂ ਲੋਕਾਂ ਦਾ ਆਈ ਜੀ ਮਕਵਿੰਦਰ ਸਿੰਘ ਛੀਨੇ ਵਰਗਿਆਂ ਨਾਲ ਮੈਂ ਬਾਈਕਾਟ ਕਰਦਾ ਔਰ ਇਸ ਕਰਕੇ ਮੇਰੀ ਕੋਈ ਮਨ ਦੀ ਇੱਛਾ ਨਹੀਂ ਸੀ ਕਿ ਮੈਂ ਉਹ ਸਟੇਜ ਤੇ ਬੋਲਾਂ ਜੇ ਆਈ ਜੀ ਮਕਵਿੰਦਰ ਸਿੰਘ ਛੀਨਾ ਉਸ ਸਟੇਜ ਤੇ ਨਾ ਬੋਲਦਾ ਸਾਡੇ ਪਾਰਟੀ ਦੇ ਜਿਹੜੇ ਉੱਥੋਂ ਦੇ ਜ਼ਿਲ੍ਹਾ ਪ੍ਰਧਾਨ ਉਹਨਾਂ ਨੂੰ ਗੋਲਿਆ ਨਾ ਕੀਤਾ ਜਾਂਦਾ ਤੇ ਮੈਂ ਬਿਲਕੁਲ ਇਹੋ ਜਿਹਾ ਕੋਈ ਮੇਰਾ ਵਿਚਾਰ ਨਹੀਂ ਸੀ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਮੈਂ ਜਾਖੜ ਸਾਹਿਬ ਨੂੰ ਵੀ ਦੱਸਣੀਆਂ ਸੀ ਮੈਂ DGP ਸਾਹਿਬ ਨੂੰ ਵੀ ਦੱਸਣੀਆਂ ਸੀ ਔਰ ਇਹ ਗੱਲਾਂ ਜਿਹੜੀਆਂ ਮੈਂ CM ਸਾਹਿਬ ਨੂੰ ਵੀ ਦੱਸਣੀਆਂ ਸੀਗੀਆਂ ਇਹ ਮੌਕਾ ਜਿਹੜਾ ਸਮਾਂ ਹੈ ਉਹ ਸਮਾਂ ਜਿਹੜਾ ਉੱਥੇ ਇਹੋ ਜਿਹਾ ਬਣ ਗਿਆ ਜਿਸ ਕਰਕੇ ਮੈਨੂੰ ਉੱਥੇ ਗੱਲ ਕਰਨੀ ਪਈ ਔਰ ਉਹ ਗੱਲ ਜਿਹੜੀ ਹੈ ਮੈਂ ਲੋਕਾਂ ਦੀ ਗੱਲ ਕੀਤੀ ਹੈ ਲੋਕਾਂ ਦੀ ਆਵਾਜ਼ ਨੂੰ ਲੈ ਕੇ ਚੱਲਿਆ ਔਰ ਨਸ਼ੇ ਦੇ ਮੁੱਦੇ ਤੇ ਇਸੇ ਤਰ੍ਹਾਂ ਹੀ ਚੱਲਦਾ ਰਹਾਂਗਾ ਜਿਹੜਾ ਮੈਨੂੰ ਸ਼ੋਕੋ ਨੋਟਿਸ ਜਾਰੀ ਕੀਤਾ ਹੈ ਸਾਡੇ ਪਾਰਟੀ ਪ੍ਰਧਾਨ ਨੇ ਮੈਂ ਦੱਸਣਾ ਚਾਹੁੰਦਾ ਕਿ ਕੁਝ ਮੀਡੀਆ ਦੇ ਜਿਹੜੇ ਕਿ ਜਿਹਨਾਂ ਦੇ ਚ PTC ਜਿਹਨਾਂ ਮੈਂ ਅੱਜ ਬਾਈਕਾਟ ਕੀਤਾ ਹੈ ਜਿਨ੍ਹਾਂ ਨੇ ਖਬਰ ਨੂੰ ਤੋੜ ਮਰੋੜ ਕੇ ਲਾਇਆ ਔਰ ਉਸ ਖਬਰ ਕਰਕੇ ਮੈਨੂੰ ਸ਼ੋਕੋ ਨੋਟਿਸ ਆਇਆ ਕਿ ਮੈਂ ਨਾ ਤਾਂ ਕੋਈ ਕੈਪਟਨ ਅਮਰਿੰਦਰ ਸਿੰਘ ਜੀ ਦੇ ਖਿਲਾਫ ਕਿਹਾ ਨਾ ਮੈਂ ਕੋਈ ਪਾਰਟੀ ਦੇ ਖਿਲਾਫ ਕਿਹਾ ਮੈਂ ਜੋ ਸਾਡੀ ਪਾਰਟੀ ਦਾ ਮੁੱਖ ਏਜੰਡਾ ਸੀਗਾ ਜੋ ਨਸ਼ਿਆਂ ਦੇ ਖਿਲਾਫ ਅਸੀਂ ਇਸ ਮੁੱਦੇ ਨੂੰ ਲੈ ਕੇ ਚੱਲੇ ਸੀ ਜਿਸ ਕਰਕੇ ਸਾਡੀ ਸਰਕਾਰ ਬਣੀ ਮੈਂ ਉਸ ਮੁੱਦੇ ਤੇ ਉਸ ਏਜੰਡੇ ਤੇ ਕੰਮ ਕਰ ਰਿਹਾ ਔਰ ਮੈਂ ਇਹ ਗੱਲ ਕਹੀ ਆ ਕਿ ਉਹ ਜਿਹੜੀ ਸਟੇਜ ਦਾ ਮੈਂ ਬਾਈਕਾਟ ਨਹੀਂ ਕੀਤਾ ਗਾ ਮੈਂ ਇਹੋ ਜਿਹੜੇ ਆਲਾ ਅਫਸਰ ਜਿਹੜੇ ਸਟੇਜ ਤੇ ਬੈਠੇ ਨੇ ਜਿਹੜੇ ਖੁਦ ਨਸ਼ੇ ਦੇ ਤਸਕਰ ਨੇ ਜਿਹੜੇ ਨਸ਼ਾ ਵਟਾਉਂਦੇ ਨੇ ਆਈ ਜੀ ਮਕਵਿੰਦਰ ਸਿੰਘ ਛੀਨੇ ਵਰਗੇ ਇਹੋ ਜਿਹੇ ਲੋਕਾਂ ਨਾਲ ਮੈਂ ਸਟੇਜ ਸਾਂਝੀ ਨਹੀਂ ਕਰ ਸਕਦਾ ਇਸ ਕਰਕੇ ਮੈਂ ਇਹਨਾਂ ਲੋਕਾਂ ਦਾ ਜਿਹੜਾ ਕਿ ਬਾਈਕਾਟ ਕਰਦਾ ਔਰ ਉਹ ਨੋਟਿਸ ਦਾ ਜਵਾਬ ਜਿਹੜਾ ਮੈਨੂੰ 3 ਦਿਨ ਦਾ ਸਮਾਂ ਦਿੱਤਾ ਗਿਆ ਔਰ ਮੈਨੂੰ ਮੇਰੀ ਪਾਰਟੀ ਦੇ ਕੈਪਟਨ ਅਮਰਿੰਦਰ ਸਿੰਘ ਜੀ ਦੇ ਔਰ ਮੈਨੂੰ ਜਾਖੜ ਸਾਹਿਬ ਤੇ ਵਿਸ਼ਵਾਸ ਹੈ ਕਿ ਜਦੋਂ ਮੈਂ ਉਹ ਤੱਥ ਉਹਨਾਂ ਦੇ ਸਾਹਮਣੇ ਰੱਖਾਂਗਾ ਕਿ ਮੈਨੂੰ ਮੇਰੀ ਜਿਹੜੀ ਪਾਰਟੀ ਹੈ ਕਿ ਉਹ ਮੇਰਾ ਸਾਥ ਦੇਵੇਗੀ